ਜੇ ਤੁਹਾਨੂੰ ਇੰਨੀ ਪੈਸਿਆਂ ਦੀ ਲੋੜ ਸੀ ਨਾ ਸਾਡੇ ਤੋਂ ਓਦਾਂ ਮੰਗ ਲੈਂਦੇ ਆ, ਮੁੰਦੀ ਰੱਖਣ ਦੀ ਕੀ ਲੋੜ ਸੀ ਤੁਹਾਨੂੰ? ਕਿਉਂ ਝੂਠ ਬੋਲਦੇ ਹੋ ਤੁਸੀਂ ਚਾਚਾ ਜੀ? ਮੈਨੂੰ ਪਤਾ ਤੁਸੀਂ ਬਹੁਤ ਚੰਗੇ ਹੋ, ਪਰ ਇੰਨੇ ਚੰਗੇ ਹੋਣ ਦੀ ਤੁਸੀਂ ਕਿਉਂ ਕੋਸ਼ਿਸ਼ ਕਰਨ ਲੱਗੇ ਹੋ? ਤੂੰ ਮੰਨਦੀ ਕਿਉਂ ਨਹੀਂ ਵੀ ਪੇਕੇ ਦੇ ਕੇ ਆਈ ਆ ਮੁੰਦੀ? ਮੈਂ ਕਿੱਦਾਂ ਮੰਨਾਂ ਵੀ ਮੈਂ ਪੇਕੇ ਦੇ ਕੇ ਆਈ ਆ ਜਦ ਮੈਂ ਪੇਕੇ ਦਿੱਤੀ ਨਹੀਂ ਹੈਗੀ? ਐਵੇਂ ਚੁੱਪ। ਜੇ ਮੇਰੀ ਮੁੰਦੀ ਗੁੰਮ ਹੋਈ ਆ ਨਾ ਤਾਂ ਇੱਥੋਂ ਹੀ ਗੁੰਮ ਹੋਈ ਆ, ਮੈਂ ਵੀ ਕੋਈ ਝੂਠ ਨਹੀਂ ਬੋਲਦੀ ਪਈ। ਹਾਏ ਰੱਬਾ, ਮੈਨੂੰ ਹੁਣ ਆਵੇ ਦਿਨ ਦੇਖਣੇ ਪੈਣੇ ਸੀ ਐਡਾ ਵੱਡਾ ਇਲਜ਼ਾਮ। ਮੈਂ ਤਾਂ ਜਦ ਦੀ ਤੂੰ ਆਈ ਆ ਪੇਕੇ ਤੋਂ ਰਿੰਗ ਪਾਈ ਨਹੀਂ ਦੇਖੀ ਤੇਰੇ ਹੱਥ 'ਚ। ਇੱਥੇ ਗੁੰਮ ਹੋਣ ਦਾ ਡਰਾਮਾ ਕਰੀ ਜਾਂਦੀ ਆ, ਮੈਨੂੰ ਲੱਗਦਾ ਪੇਕੇ ਹੀ ਫੜਾ ਕੇ ਆਈ ਹੋਏਗੀ। ਆਹੋ, ਹੁਣ ਆਪਦੇ ਆਪ ਨੂੰ ਬਚਾਉਣ ਦੀ ਖਾਤਰ ਨਾ ਖਿੱਚ ਲਓ ਮੇਰੇ ਪੇਕਿਆਂ ਨੂੰ ਵਿੱਚ। ਕੋਈ ਨਾ, ਬੁਲਾਉਂਦੀ ਆ ਮੈਂ ਉਹਨਾਂ ਨੂੰ, ਆ ਕਰ ਲਿਓ ਜਿਹੜੀ ਤੁਸੀਂ ਪੁੱਛ ਪੜਤਾਲ ਕਰਨੀ ਆ ਉਹਨਾਂ ਤੇ। ਸੱਚ ਤੇ ਝੂਠ ਨਾ ਆਪੇ ਹੀ ਆ ਜਾਓ ਮੂਹਰੇ। ਦੇਖੋ ਜੀ, ਚਾਹੇ ਇੱਕ ਵਾਰੀ ਕਹਾ ਲਓ ਚਾਹੇ 100 ਵਾਰੀ ਕਹਾ ਲਓ, 100 ਗਜ ਰੱਸਾ ਸਿਰੇ ਤੇ ਗੰਢ, ਮੈਨੂੰ ਉਹਦੀ ਮਾਂ ਤੇ ਪੂਰਾ ਯਕੀਨ ਆ ਇਹ ਝੂਠ ਨਹੀਂ ਬੋਲ ਸਕਦੀ। ਦੇਖੋ ਭਰਾ ਜੀ, ਜੇ ਤੁਹਾਨੂੰ ਇੰਨੀ ਪੈਸਿਆਂ ਦੀ ਲੋੜ ਸੀ ਨਾ ਸਾਡੇ ਤੋਂ ਓਦਾਂ ਮੰਗ ਲੈਂਦੇ ਆ, ਮੁੰਦੀ ਰੱਖਣ ਦੀ ਕੀ ਲੋੜ ਸੀ ਤੁਹਾਨੂੰ? ਬਸ ਕਰ ਮੰਮੀ ਬਸ ਕਰ, ਕਿਉਂ ਮੇਰੇ ਪੇਕਿਆਂ ਦੇ ਬਾਦ ਪਈਆਂ, ਇਹਨਾਂ ਨੂੰ ਮੁੰਦੀ ਰੱਖਣ ਦੀ ਕੀ ਲੋੜ ਸੀ? ਮੁੰਦੀ ਤਾਂ ਘਰ ਹੀ ਸੀ। ਆ ਤੁਸੀਂ ਆਪ ਹੀ ਦੇਖ ਲੈਣਾ ਕਿਵੇਂ ਬੋਲਦੀ ਆ ਮੇਰੀ ਮਾਂ ਨੂੰ, ਇਹ ਮੰਨਣ ਨੂੰ ਤਿਆਰ ਹੀ ਨਹੀਂ ਹੈ ਵੀ ਇਹ ਮੁੰਦੀ ਪੇਕੇ ਦੀ ਆਈ। ਮੈਂ ਕਿਉਂ ਮੰਨਾਂ ਜਦ ਮੈਨੂੰ ਪਤਾ ਵੀ ਮੈਂ ਮੁੰਦੀ ਆਪਦੇ ਹੱਥ 'ਚੋਂ ਲਾ ਕੇ ਉੱਥੇ ਟੇਬਲ ਤੇ ਰੱਖੀ ਆ। ਉਹ ਕੁੜੀਏ, ਤੂੰ ਕਿੱਦਾਂ ਬੋਲਣ ਲੱਗੀ ਆ? ਤੈਨੂੰ ਅਸੀਂ ਇਹ ਕੁਛ ਸਿਖਾਇਆ? ਉਹ ਕੁਛ ਨਾ ਕੁਛ ਤਾਂ ਨਿਆਜ ਕਰ ਮੇਰੇ ਪੱਗ ਦਾ, ਇਹ ਬੋਲਣ ਦਾ ਤਰੀਕਾ ਉਹਦੀ ਮਾਂ ਬਾਪ ਨਾਲ। ਹੁਣ ਸਾਨੂੰ ਕੁਛ ਤੁਹਾਨੂੰ ਕਹਿਣ ਦੀ ਲੋੜ ਨਹੀਂ, ਜਦ ਇਹ ਤੁਹਾਡਾ ਨਹੀਂ ਲਿਹਾਜ਼ ਕਰਦੀ ਤਾਂ ਸਾਡਾ ਲਿਹਾਜ਼ ਕਿੱਥੋਂ ਕਰਦੀ ਹੋਣੀ ਆ ਇਹ? ਤੂੰ ਮੰਨਦੀ ਕਿਉਂ ਨਹੀਂ ਵੀ ਪੇਕੇ ਦੇ ਕੇ ਆਈ ਆ ਮੁੰਦੀ? ਮੈਂ ਕਿੱਦਾਂ ਮੰਨਾਂ ਵੀ ਮੈਂ ਪੇਕੇ ਦੇ ਕੇ ਆਈ ਆ ਜਦ ਮੈਂ ਪੇਕੇ ਦਿੱਤੀ ਨਹੀਂ ਹੈਗੀ? ਐਵੇਂ ਚੁੱਪ, ਮੇਰੀ ਗੱਲ ਸੁਣ ਪਹਿਲਾਂ। ਹਾਂਜੀ ਚਾਚਾ ਜੀ, ਦੱਸੋ। ਇਹ ਸਿਆਣੇ ਮੈਣੇ ਬੰਦੇ ਝੂਠ ਨਹੀਂ ਬੋਲਦੇ, ਮੁੰਦੀ ਬਾਰੇ ਇਹਨਾਂ ਨੂੰ ਕੁਛ ਨਹੀਂ ਪਤਾ, ਮੁੰਦੀ ਬਾਰੇ ਤਾਂ ਮੈਨੂੰ ਪਤਾ। ਹੈ ਚਾਚਾ ਜੀ, ਤੁਹਾਨੂੰ ਪਤਾ? ਤੁਹਾਨੂੰ ਕਿਵੇਂ ਪਤਾ ਮੇਰੀ ਮੁੰਦੀ ਬਾਰੇ? ਹੁਣ ਸਾਡੇ ਕੋਲ ਜਦ ਤੂੰ ਪੇਕੇ ਰਹਿਣ ਆਈ ਸੀ ਉਸ ਟਾਈਮ ਮੈਨੂੰ ਪੈਸਿਆਂ ਦੀ ਬਹੁਤ ਲੋੜ ਸੀਗੀ, ਮੇਰੇ ਕੋਲ ਪੈਸਿਆਂ ਦਾ ਇੰਤਜ਼ਾਮ ਹੋਇਆ ਨਹੀਂ, ਮੇਰੀ ਨਿਗਾਹ ਤੇਰੀ ਮੁੰਦੀ ਤੇ ਪੈ ਗਈ। ਆ ਦੇਖ ਲੈ ਪੁੱਤ, ਸਵੇਰ ਦੀ ਮੁੰਦੀ ਮੁੰਦੀ ਕਰਦੀ ਸੀ ਨਾ, ਮੰਨ ਗਿਆ ਰੇ ਦਾ ਚਾਚਾ ਹੁਣ? ਨਾ ਹੁਣ ਬੋਲ, ਆ ਮੰਨ ਗਿਆ ਤੇਰਾ ਚਾਚਾ, ਇਹਦਾ ਮਤਲਬ ਤੂੰ ਮੁੰਦੀ ਉਹਦੇ ਪੇਕੇ ਦੇ ਕੇ ਆਈ ਸੀ, ਪੇਕੇ ਹੀ ਸੀ ਨਾ ਮੁੰਦੀ ਹੈ ਤਾਂ? ਇਹ ਸਾਰੀ ਗੱਲ ਤੇ ਮਿੱਟੀ ਪਾਓ ਭੈਣ ਜੀ, ਮੈਂ ਆਪਣੀ ਗਲਤੀ ਮੰਨਦਾ। ਢਾਈ ਤੋਲੇ ਦੀ ਮੁੰਦੀ ਸੀ ਨਾ ਭੈਣ ਜੀ, ਆਹ ਲਓ 1,00,000 ਰੁਪਏ। ਕਿਉਂ ਝੂਠ ਬੋਲਦੇ ਹੋ ਤੁਸੀਂ ਚਾਚਾ ਜੀ? ਮੈਨੂੰ ਪਤਾ ਤੁਸੀਂ ਬਹੁਤ ਚੰਗੇ ਹੋ, ਪਰ ਇੰਨੇ ਚੰਗੇ ਹੋਣ ਦੀ ਤੁਸੀਂ ਕਿਉਂ ਕੋਸ਼ਿਸ਼ ਕਰਨ ਲੱਗੇ ਹੋ? ਬਸ ਠੀਕ ਹੈ, ਅਜੇ ਵੀ ਤੇਰੀਆਂ ਅੱਖਾਂ ਨਹੀਂ ਖੁੱਲੀਆਂ, ਹਜੇ ਵੀ ਤੂੰ ਆਪਣੇ ਪੇਕਿਆਂ ਦੀ ਹੋ ਕੇ ਸੋਚਦੀ ਆ, ਉਹ ਸਾਰਾ ਕੁਝ ਮੰਨੀ ਫਿਰਦੇ ਆ, ਮੁੰਦੀ ਦੇ ਪੈਸੇ ਦੇਣ ਨੂੰ ਤਿਆਰ ਹੈ, ਹਜੇ ਕੀ ਸੋਚਣ ਨੂੰ ਰਹਿ ਗਿਆ ਹੁਣ? ਉਹ ਸੋਚਣ ਨੂੰ ਕੁਛ ਨਹੀਂ ਰਿਹਾ ਹੈਗਾ ਇੱਦਾਂ ਦਾ, ਕਿਉਂਕਿ ਮੁੰਦੀ ਸਾਡੇ ਘਰ 'ਚ ਇੱਥੇ ਗੁੰਮੀ ਹੈ, ਇਹਨਾਂ ਦਾ ਕੋਈ ਕਸੂਰ ਹੀ ਹੈ ਨਹੀਂ। ਬਸ ਬਸ ਬਸ, ਪੇਕਿਆਂ ਦਾ ਕਦੇ ਕੋਈ ਕਸੂਰ ਹੁੰਦਾ ਹੀ ਨਹੀਂ, ਨਾ ਕਦੇ ਕੋਈ ਧੀ ਮੰਨੀ ਆਵੇ ਤਾਂ ਪੇਕਿਆਂ ਦੀ ਗਲਤੀ ਆ, ਉਹ ਘਰ ਦੇ ਵਿੱਚ ਜੇ ਮੁੰਦੀ ਸੀ ਤਾਂ ਸਮਾਨ ਖਾ ਗਿਆ ਜਾਂ ਧਰਤੀ ਖਾ ਗਈ, ਕਿੱਥੇ ਗਈ, ਕਿਹੜੇ ਖੂਹ ਖਾਤ 'ਚ ਪੈ ਗਈ ਮੁੰਦੀ? ਹੁਣ ਮੈਂ ਦੱਸਦਾ ਮੁੰਦੀ ਕਿੱਥੇ ਆ, ਕਿਹੜਾ ਸਮਾਨ ਖਾ ਗਿਆ ਉਹਨੂੰ? ਉਹ ਭਾਈ ਸਾਹਿਬ, ਰਿਸ਼ਤੇਦਾਰ ਤਾਂ ਮੈਂ ਬਹੁਤ ਦੇਖੇ ਆ, ਪਰ ਤੁਹਾਡੇ ਵਰਗੇ ਇਮਾਨਦਾਰ ਵਧੀਆ ਰਿਸ਼ਤੇਦਾਰ ਮੈਂ ਪਹਿਲੀ ਵਾਰੀ ਦੇਖ ਰਿਹਾ ਜੀ। ਪਹਿਲਾਂ ਇਹ ਤਾਂ ਦੱਸੋ ਜੀ, ਮੁੰਦੀ ਹੈ ਕਿੱਥੇ ਆ? ਮੁੰਦੀ ਮੁੰਦੀ ਇੱਥੇ ਹੈ।
ਤੁਹਾਡੇ ਕੋਲੇ ਸੀ ਤਾਂ ਇੰਨਾ ਅਡੰਬਰ ਰਚਣ ਦੀ ਕੀ ਲੋੜ ਸੀ? ਉਹ ਛੋਟੇ ਤੂੰ ਜੇ ਤੂੰ ਮੁੰਦੀ ਚੱਕੀ ਨਹੀਂ ਤਾਂ ਤੈਨੂੰ ਪੈਸੇ ਦੇਣ ਦੀ ਕੀ ਲੋੜ ਸੀ? ਬਾਈ ਇਹ ਧੀ ਧਿਆਣੀ ਦਾ ਮਸਲਾ ਸੀ, ਜੇ 1,00,000 ਰੁਪਇਆ ਦੇ ਕੇ ਮੇਰੀ ਭਤੀਜੀ ਦਾ ਘਰ ਵਸਦਾ ਸੀ ਇਹ ਸੌਦਾ ਮਹਿੰਗਾ ਨਹੀਂ ਸੀ। ਉਹ ਵਾਹ ਛੋਟੇ ਭਾਈ, ਸਮਝ ਤਾਂ ਮੈਂ ਉਦੋਂ ਗਿਆ ਸੀ ਵੀ ਤੇਰੇ ਮਨ 'ਚ ਕੁਛ ਚੱਲ ਰਿਹਾ, ਪਰ ਇੰਨਾ ਵੱਡਾ ਚੱਲ ਰਿਹਾ। ਉਹ ਬਾਪੂ ਇਹਦੇ ਪੇਕਿਆਂ ਨੇ ਤੇ ਆਪਦੀ ਚੰਗਿਆਈ ਦਿਖਾ ਦਿੱਤੀ, ਉਹ ਪਰ ਹੁਣ ਤੂੰ ਵੀ ਤਾਂ ਸਾਨੂੰ ਦੱਸ ਦੇ ਆ ਤੈਨੂੰ ਮੁੰਦੀ ਰਕਾਉਣ ਦੀ ਨੌਬਤ ਆਈ ਤਾਂ ਆਈ ਕਿਉਂ? ਇਹ ਨੌਬਤ ਇਸ ਕਰਕੇ ਆਈ ਜਦੋਂ ਇਹ ਪੇਕੇ ਚਲੇ ਜਾਂਦੀ ਸੀ ਅਸੀਂ ਸਾਰਾ ਟੱਬਰ ਇੱਥੇ ਦੁਖੀ ਹੋ ਜਾਂਦਾ ਸੀ, ਰੋਟੀ ਪਾਣੀ ਤੋਂ ਦੁਖੀ ਹੋ ਜਾਂਦੇ ਸੀ। ਇਹ ਸਿਰਫ ਮੈਂ ਇਸ ਕਰਕੇ ਕੀਤਾ ਤਾਂ ਕਿ ਇਹ ਮੁੜ ਕੇ ਪੇਕੇ ਜਾਣ ਦਾ ਨਾਂ ਨਾ ਲਵੇ। ਡੈਡੀ ਤੁਹਾਡੀ ਆਹ ਗੱਲ ਤਾਂ ਬਿਲਕੁਲ ਗਲਤ ਸੀਗੀ, ਇੱਕ ਧੀ ਆਪਦੇ ਪੇਕਿਆਂ ਤੋਂ ਟੁੱਟ ਕੇ ਕਿਵੇਂ ਰਹਿ ਸਕਦੀ ਹੈ? ਜੇ ਤਾਂ ਮੈਂ ਆਪਦੀ ਜ਼ਿੰਮੇਵਾਰੀਆਂ 'ਚ ਇੱਧਰ ਕੋਈ ਕਮੀ ਰੱਖਦੀ ਹੁੰਦੀ ਤਾਂ ਤੁਸੀਂ ਇਹੋ ਜਿਹੀ ਹਰਕਤ ਕਰਦੇ? ਮੈਂ ਆਪਦੀ ਜ਼ਿੰਦਗੀ ਦੇ ਇੰਨੇ ਸਾਲ ਆਪਦੇ ਪੇਕੇ ਘਰ ਗੁਜ਼ਾਰੇ ਨੇ, ਆਪਦਾ ਬਚਪਨ ਕੱਢਿਆ, 25 ਸਾਲ ਮੈਂ ਆਪਦੀ ਜ਼ਿੰਦਗੀ ਦੇ ਉੱਥੇ ਰਹੀ ਹਾਂ, ਅਤੇ ਤੁਸੀਂ ਕਿੱਦਾਂ ਇੱਕ ਝਟਕੇ 'ਚ ਖਤਮ ਕਰਨ ਲੱਗੇ ਸੀ? ਡੈਡੀ ਤੁਸੀਂ ਜੋ ਕੀਤਾ ਉਹ ਤਾਂ ਕੀਤਾ, ਪਰ ਮੈਨੂੰ ਸਭ ਤੋਂ ਤਕਲੀਫ ਤਾਂ ਵੱਧ ਉਦੋਂ ਹੋਈ ਜਦੋਂ ਇਹਨਾਂ ਨੇ ਵੀ ਮੇਰੇ 'ਤੇ ਯਕੀਨ ਨਹੀਂ ਕੀਤਾ। ਇਹਨਾਂ ਨੂੰ ਆਪਦੀ ਮਾਂ ਦੀ ਗੱਲ 'ਤੇ ਤਾਂ ਯਕੀਨ ਆ ਗਿਆ, ਪਰ ਇਹਨਾਂ ਨੇ ਇਹ ਜ਼ਰੂਰੀ ਨਹੀਂ ਸਮਝਿਆ ਵੀ ਮੈਂ ਵੀ ਸੱਚ ਬੋਲਦੀ ਹੋ ਸਕਦੀ ਹਾਂ, ਕਿਉਂਕਿ ਨੌਂ 'ਤੇ ਇਲਜ਼ਾਮ ਲਾਉਣਾ ਤਾਂ ਬਹੁਤ ਸੌਖਾ ਅਤੇ ਉਹਦੇ ਪੇਕਿਆਂ ਨੂੰ ਵੀ ਭੰਡਣਾ ਬਹੁਤ ਸੌਖਾ, ਪਰ ਕਿਤੇ ਨਾ ਕਿਤੇ ਨੌਂ ਵੀ ਤਾਂ ਸੱਚ ਬੋਲਦੀ ਹੋ ਸਕਦੀ ਆ ਨਾ। ਸੌਰੀ ਗੈਰੀ, ਇਹ ਤਾਂ ਮੇਰੀ ਗਲਤੀ ਸੀ, ਮੈਂ ਆਪਦੀ ਗਲਤੀ ਮੰਨਦਾ, ਪਰ ਮੈਂ ਸਾਰੀ ਦੁਨੀਆਂ ਨੂੰ ਵੀ ਇਹੀ ਕਹਿਣਾ ਵੀ ਜੇ ਇੱਜ਼ਤ ਕਰਨੀ ਆ ਨਾ ਤਾਂ ਮਾਂ ਅਤੇ ਪਤਨੀ ਦੋਨਾਂ ਦੀ ਇੱਜ਼ਤ ਕਰੋ। ਇੱਕ ਮਾਂ ਨੇ ਸਾਨੂੰ ਦੁਨੀਆਂ ਦਿਖਾਈ ਆ ਅਤੇ ਦੂਸਰੀ ਆਪਣੀ ਦੁਨੀਆ ਛੱਡ ਕੇ ਸਾਡੇ ਕੋਲ ਆਈ ਆ, ਅਤੇ ਇੱਜ਼ਤ ਤਾਂ ਫਿਰ ਦੋਨਾਂ ਦੀ ਕਰਨੀ ਬਣਦੀ ਹੈ ਨਾ। ਜੇਕਰ ਤੁਹਾਨੂੰ ਵੀ ਸਾਡੀ ਇਹ ਫਿਲਮ ਪਸੰਦ ਆਈ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ। ਮੁੰਡੇ ਕਿਤੇ ਨਹੀਂ, ਇਹ ਮੁੰਡੇ ਮੈਂ ਰੱਖੀ ਹੈ। ਬੱਬੂ ਤੂੰ ਆ ਦੇਖ ਲਓ, ਆ ਮੁੰਡੀ ਤੁਹਾਡੇ ਪੇਕਿਆਂ ਨੇ ਚੱਕੀ ਹੈ। ਆ ਮੁੰਡੀ ਤੇਰੇ ਸਹੁਰੇ ਕੋਲੇ ਨਿਕਲੀ ਹੈ। ਮੈਨੂੰ ਲੱਗਦਾ ਮੈਂ ਉਹ ਨੀ ਕਰਨਾ ਭੁੱਲ ਗਿਆ।